कोई मेले मेरा प्रीतम प्यारा, कोई मेले मेरा प्रीतम प्यारा, हम तिस की गुल गोलिए, हम तिस की गुल गोलिए, कोई मेले मेरा प्रीतम प्यारा, कोई मेले मेरा प्रीतम प्यारा, हम तिस की गुल गोलिए, हम तिस की गुल गोलिए, कोई मेले मेरा प्रीतम प्यारा, कोई मेले मेरा प्रीतम प्यारा। इस कुंभ के बीच 307 संसार के बीच में मत है, ते सारे माता के लोग इस कुंभ से आते हैं, बहुत पारे कुंभ होंगे, जेडे जुग्यासु लोग है, अधिकारी लोग है, वो अपने अपने संप्रदा पर जाते हैं, तो वह कहते हैं पिछले 3 साल के बीच में जो असं पाप पुन किए है वो असं गां वास्ते नहीं करांगे, तो अपने अवगन कटते तो गुरु गां करते आते हैं, जिदा स्कूलों में इम्तिहान होंगे 3 महीनों मगरों, फिर 6 महीनों मगरों, फिर 9 महीनों मगरों, फिर 1 साल मगरों, मास्टर भी पता लग जाता वो लियाकत का, लड़किया भी पता लग जाता उन्होंने लियाकत का, इदा ही जुग्यासुआं अपने मन की गलती का पता लगता, फिर पिछले तो अभी होर पास रहे तरक्की करा। हरिद्वार के बीच में कुंभ लगता, तो प्रयागराज कुंभ लगता, उज्जैन कुंभ लगता, नासिक कुंभ लगता, ये बड़े बड़े कुंभ लगते हैं, 12 साल मगरों एक कुंभ आता है। इस कुंभ के मौके जितना हिंदुस्तान के बीच में भारत में मेला लगता, शायद ही किसी मुल्क में लगता होगा, सब दुनिया के लोग जो इतने आते हैं, जिन्हें मत है मतंत्र है सब आते हैं, और अपने खिलाफ प्रेस करते हैं कथा वार्ता उत्थे सुनाते हैं, तो सारे कुंभों में जो ज़्यादा कुंभ पारा वो हरिद्वार का लगता, इतने सारा ही पंजाब जाता, सब जिले जाते हैं, तकरीबन हरिद्वार से लाके ऋषिकेश ताई तो उदे स्टेशन ताई पता नहीं लगता फिर कितनी दुनिया आई है, बेशुमार दुनिया जाती है, पर इतने उत्थे हरिद्वार कुंभ लगा ते बड़ी दुनिया आई, बड़े संत महात्मा आ गए, ते तकरीबन 1 करोड़ तो संत चले जाता, 2.5-3 करोड़ गृहस्थी चले जाते, बड़ा भारा मेला लगता, बड़े संत आए, तो 84 लाख जूनां भी आ गई, संत भी सारे आ गए, 84 लाख जूना की तो संतां की आपस में बहस हो गई, 84 लाख जूना कह लग जा मनुखा दे बगी दी, 84 लाख जूना बगियां, संत कह लगे मनुखा दे बड़ी आ गई है, 84 लाख जूना नहीं बड़ियां हो सकदियां, 84 लाख जूना कह लगियां मनुखा दे
ਉੱਚੀ ਨਹੀਂ ਹੈਗੀ ਆ, 84 ਲੱਖ ਜੂੰਦਾਂ ਉੱਚੀਆਂ ਹੈਗੀਆਂ। ਮਨੁੱਖਾਂ ਨੂੰ 84 ਲੱਖ ਜੂੰਦਾਂ ਦੀ ਪੂਜਾ ਕਰਨੀ ਚਾਹੀਦੀ ਹੈ। ਬ੍ਰਹਮਾ ਕਿਸੇ ਦੀ ਸਵਾਲ ਕਰਦਾ, ਹੰਸ ਹੰਸ ਕੀ ਕਹਿੰਦਾ, ਲਾਲ ਹੰਸ ਲਾਲ ਨਹੀਂ ਖਾਂਦਾ। ਲਾਲ ਦੀ ਕਿੰਨੀ ਕੀਮਤ ਹੁੰਦੀ ਹੈ, ਕੌਣ ਦੁਨੀਆ ਕੇ ਵਿੱਚ ਮੈਂ ਐਸਾ ਹੈਗਾ ਜਿਹੜੀ ਐਸੀ ਖੁਰਾਕ ਹੋਵੇ ਬੇਕੀਮਤੀ, ਹੈ ਕਿਸੇ ਦੀ ਖੁਰਾਕ? ਲਾਲ ਦੀ ਤਾਂ ਕੀਮਤ ਬਹੁਤ ਹੁੰਦੀ ਹੈ, ਕੋਈ ਰਾਜਾ ਖਾਂਦਾ ਇੱਦਾਂ ਦੀ ਖੁਰਾਕ? ਫਿਰ ਵਿਸ਼ਨੂੰ ਭਗਵਾਨ ਗਰਭ ਦੀ ਸਵਾਰੀ ਕਰਦਾ, ਜਿੱਥੇ ਕਿਸੇ ਭਗਤ ਭਜਾਉਣਾ ਹੋਵੇ ਗਰਭ ਉਸਕੋ ਪਲਕ ਵਿੱਚ ਮਿਲ ਜਾਂਦਾ ਹੈ। ਫਿਰ ਵਿਸ਼ਨੂੰ ਭਗਵਾਨ ਪਸ਼ੂ ਦਾ ਸੰਚ ਚੱਕਰੋ ਵੀ 84 ਲੱਖ ਜੂਨ, ਗਰਭ ਭਗਵਾਨ ਵੀ 84 ਲੱਖ ਜੂਨ ਹੋਏ, ਸੁਦਰਸ਼ਨ ਚੱਕਰ ਹੈਗਾ। ਰਾਕਸ਼ਾਂ ਨੂੰ ਪਲਕ ਵਿੱਚ ਮਾਰ ਦਿੱਤਾ ਹੈ। ਸੁਦਰਸ਼ਨ ਚੱਕਰ ਵਿੱਚ ਕਿੰਨੀ ਤਾਕਤ ਆ ਗਈ, ਕਿੰਨੀ ਸਮਰੱਥਾ ਆ ਗਈ ਹੈ, ਉਹਦੇ ਬਿਨਾਂ ਇਹ ਵਿਸ਼ਨੂੰ ਭਗਵਾਨ ਕੀ ਕਰ ਸਕਦਾ ਹੈਗਾ? ਸ਼ਿਵਜੀ ਚ ਬੈਲ ਦੀ ਸਵਾਰੀ ਕਰਦਾ, ਧੰਨ ਗਊ ਕਾ ਜਾ ਜਿਸ ਦਾ ਸਾਰਾ ਦੇਸ਼ ਵਸਾਇਆ, ਸਾਰੀ ਦੁਨੀਆਂ ਨੂੰ ਵਿਆਹ ਰੱਖਾ ਕਹਾ। ਉਹ ਵੀ 84 ਲੱਖ ਜੂਨਾਂ ਵਿੱਚੋਂ ਬੈਲ ਹੈ, 84 ਲੱਖ ਜੂਨਾਂ 'ਚ ਵੀ ਸਵਾਰੀ ਕਰਦਾ ਹੈਗਾ। ਗਣੇਸ਼ ਚੂਹੇ ਦੀ ਸਵਾਰੀ ਕਰਦਾ, ਚੂਹਾ ਵੀ 84 ਲੱਖ ਜੂਨਾਂ ਵਿੱਚੋਂ ਆਇਆ। ਸਾਰੀਆਂ ਇਹ ਤਾਂ 84 ਲੱਖ ਜੂਨਾਂ, ਇਹਨਾਂ ਬਿਨਾਂ ਉਹ ਕੀ ਕਰ ਸਕਦੇ ਦੇਵੀ ਦੇਵਤੇ? ਇਹਨਾਂ ਬਿਨਾਂ ਕੋਈ ਨਹੀਂ ਕਰ ਸਕਦਾ। ਜਿੰਨੇ ਵੀ ਦੁਨੀਆਂ ਦੇ ਵਿੱਚ ਮੈਂ 36 ਪ੍ਰਕਾਰ ਦੇ ਭੋਜਨ ਹੈ, ਫਲ ਹੈ, ਫਰੂਟ ਹੈ, ਖਾਣਾ ਪੀਣਾ ਹੈ, ਪਹਿਨਣਾ ਹੈ, ਮਕਾਨ ਹੈ, ਜੋ ਵੀ ਸੰਸਾਰ ਦੇ ਵਿੱਚ ਮੈਂ ਪਦਾਰਥ ਹੈ, ਇਹ 84 ਲੱਖ ਜੂਨਾਂ 'ਚੋਂ ਮਿਲਦਾ ਕਿ ਉੱਪਰ ਕਿਸੇ ਪਿੱਛੋਂ ਮਿਲਦਾ ਹੈਗਾ? ਕਿੱਥੋਂ ਮਿਲਦਾ? 84 ਲੱਖ ਜੂਨਾਂ 'ਚੋਂ ਮਿਲਦਾ ਹੈਗਾ। ਇਹ 84 ਲੱਖ ਜੂਨਾਂ ਸਭ ਤੋਂ ਵੱਡੀਆਂ ਹੈਗੀਆਂ। ਜਿੰਨੇ ਵੀ ਪਦਾਰਥ ਮਿਲਦੇ ਆ, ਜਿੰਨੇ ਵੀ ਚੀਜ਼ਾਂ ਮਿਲਦੀਆਂ, ਜੋ ਵੀ ਵਸਤਰ ਮਿਲਦਾ 84 ਲੱਖ ਵਿੱਚੋਂ ਮਿਲਦਾ, ਹੋਰ ਕਿੱਥੋਂ ਮਿਲਦਾ ਹੈਗਾ? 5 ਤੱਤ ਹੈਗੇ, ਆਕਾਸ਼, ਪੌਣ, ਅਗਨ, ਜਲ, ਪ੍ਰਿਥਵੀ, 84 ਲੱਖ ਜੂਨਾਂ 'ਚ ਦਾਖਲ ਨਹੀਂ ਹੈਗਾ? ਇਹ ਨਾ ਹੋਣ ਤਾਂ ਦੁਨੀਆ ਕਿੱਥੋਂ ਹੋ ਜਾਏ? ਆਕਾਸ਼ ਨਾ ਹੋਵੇ, ਬਾਜੂ ਨਾ ਹੋਵੇ, ਅਗਨ ਨਾ ਹੋਵੇ, ਜਲ ਨਾ ਹੋਵੇ, ਪ੍ਰਿਥਵੀ ਨਾ ਹੋਵੇ, ਇਹ ਜੀ ਸਕਦੀ ਦੁਨੀਆ? ਇਹਨਾਂ ਦੇ ਆਸਰੇ ਸਾਰਾ ਸੰਸਾਰ ਹੈ। ਇਸ ਕਰਕੇ 84 ਲੱਖ ਜੂਨਾਂ ਦੀ ਸਭ ਨੂੰ ਕਰਨੀ ਚਾਹੀਦੀ ਹੈ, ਇਹਨਾਂ ਦੇ ਦੇਣ ਹੋਣਾ ਚਾਹੀਦਾ, ਇਹਨਾਂ ਦੀ ਉਪਮਾ ਕਰਨੀ ਚਾਹੀਦੀ ਹੈ। 84 ਲੱਖ ਜੂਨਾਂ ਸਭ ਤੋਂ ਜ਼ਿਆਦਾ ਹੈ, ਇਹ ਨਾ ਹੋਣਾ ਤਾਂ ਦੁਨੀਆ ਉਸ ਵੇਲੇ ਖਤਮ ਹੋ ਜਾਵੇ। ਫਿਰ 84 ਲੱਖ ਜੂਨਾਂ ਵਿੱਚ ਅਵਤਾਰ ਨਹੀਂ ਹੁੰਦੇ, ਕੱਛ, ਮੱਛ, ਪੁਰਾ, ਨਰਸਿੰਘ ਅਵਤਾਰ ਨਹੀਂ ਹੋਏ 84 ਲੱਖ ਜੂਨਾਂ 'ਚ? ਇਹ ਉਪਦੇਸ਼ ਨਹੀਂ ਦੁਨੀਆਂ ਨੂੰ ਕਰਦੇ, ਕਿੰਨੇ ਅਵਤਾਰ ਹੋਇਆ? 84 ਲੱਖ ਜੂਨਾਂ 'ਚ ਭਗਤ ਨਹੀਂ ਹੁੰਦੇ ਆ? ਗਜਗਰਾ, ਹਰਨੀ, ਇਹ 84 ਲੱਖ ਜੂਨਾਂ 'ਚ ਭਗਤ ਨਹੀਂ ਹੋਇਆ ਹੈਗਾ? ਕਸ਼ਵ ਅਵਤਾਰ 84 ਲੱਖ ਜੂਨਾਂ 'ਚ, 84 ਲੱਖ ਜੂਨਾਂ 'ਚ ਨਹੀਂ ਹੋਇਆ, ਅਵਤਾਰ ਭਾਵਿਆ ਜਾਣਾ। ਇਸ ਕਰਕੇ 84 ਲੱਖ ਜੂਨਾਂ ਸਭ 'ਤੇ ਸ਼ਰੋਮ ਨਹੀਂ ਹੈ, ਮਨੁੱਖਾਂ ਦੇ ਇਹਨੂੰ ਮੰਨਣਾ ਚਾਹੀਦਾ ਹੈਗਾ, ਇਹ ਸਭ 'ਤੇ ਉੱਚੀਆਂ ਹੈਗੀਆਂ। ਫਿਰ ਇਹ 84 ਲੱਖ ਜੂਨਾਂ ਖਾਂਦੀਆਂ ਕੀ ਹੈ? ਕਾ ਦਿੰਦੀਆਂ ਕੀ ਹੈ? ਦੁੱਧ, ਗੋਹਾ, ਗੋਹੇ ਦੀਆਂ ਪਾਥੀਆਂ ਨਹੀਂ, ਪੱਥੇ ਦੀਆਂ, ਦੁੱਧ ਨੀਚੇ ਨਹੀਂ ਪਾਏ ਦੀ, ਅੱਗ ਨਹੀਂ ਬਾਲੀ ਦੀ, ਫਿਰ ਦੁੱਧ ਨਹੀਂ ਆ। ਖਾਂਦੀਆਂ ਕੀ ਹੈ? ਪੱਕੇ। ਇਹ ਮਨੁੱਖ ਕੀ ਖਾਂਦਾ ਹੈਗਾ? ਚੰਗੇ ਚੰਗੇ ਮਠਿਆਈਆਂ ਖਾਂਦਾ, ਫਲ ਖਾਂਦਾ, ਦਿੰਦਾ ਕੀ ਹੈ? ਗੰਦਾ, ਗੰਦਗੀ। ਇਹ ਤਾਂ ਸਭ ਤੋਂ ਅਪਵਿੱਤਰ ਆਦਮੀ ਹੈ,
ਅਸੀਂ ਸਾਹਮਣੇ ਗੋਹਾ ਕਰਦੇ ਹਾਂ, ਸਾਹਮਣੇ ਦੁੱਧ ਦਿੰਦੇ ਹਾਂ, ਇਹ ਸਾਹਮਣੇ ਪਤੀ ਫਿਰ ਸਕਦਾ ਹੈਗਾ, ਹੁਣ ਚੁੱਕ ਸਕਦਾ ਹੈਗਾ, ਇਹਦੇ ਅੰਦਰ ਕਿੱਦਾਂ ਦਾ, ਇਹਦੇ ਅੰਦਰ ਬਿਲਕੁਲ ਖਰਾਬ ਹੈ। ਸਾਰੀ ਦੁਨੀਆਂ ਵਿੱਚੋਂ ਕੁੱਤੇ ਦਾ ਮਾਸ ਨਿਕੰਮਾ ਹੈ। ਕੋਈ ਖਾਂਦਾ ਕੁੱਤਾ? ਕੁੱਤੇ ਨਾਲੋਂ ਆਦਮੀ ਦਾ ਮਾਸ 100 ਗੁਣਾ ਨਿਕੰਮਾ ਹੈਗਾ, ਇਹਨੂੰ ਬਿਲਕੁਲ ਕੋਈ ਨਹੀਂ ਖਾਂਦਾ। ਬਾਬਾ ਜੀ, ਸ਼ੇਰ ਵੀ ਲਹੂ ਪੀ ਲੈਂਦਾ, ਖਾਂਦਾ ਨਹੀਂ ਕੋਈ। ਆਦਮੀ ਦੇ ਮਾਸ ਨੂੰ ਕੌਣ ਖਾਂਦਾ? ਕੋਈ ਨਹੀਂ ਕੋਈ ਖਾਂਦਾ ਹੈਗਾ ਆਦਮੀ ਦੇ ਮਾਸ ਨੂੰ, ਇਹ ਨਿਕੰਮਾ ਹੈਗਾ ਸਾਰਿਆਂ ਦਾ। ਇਹ ਤਾਂ ਸਿਰਫ ਮਨੁੱਖਾਂ ਦੇ ਵਿੱਚ ਨਾਮ ਜਪਦਾ ਭਜਨ ਕਰ ਸਕਦਾ ਤਾਂ ਚੰਗਾ, ਨਹੀਂ ਤਾਂ ਪਸ਼ੂਆਂ 'ਤੇ ਬਿਲਕੁਲ ਨਿਕੰਮਾ ਹੈਗਾ। ਬਿੰਬੂ ਜੇ ਪਸ਼ੂ ਟੋਰ ਗਧਾ ਹੈ, ਖੋਤਾ ਹੈ, ਸਭ ਤੋਂ ਨਿਕੰਮਾ ਹੋਇਆ। ਇਸ ਕਾਰਨ ਸਾਹਿਬ 84 ਲੱਖ ਜੋਤਾਂ ਸਭ 'ਤੇ ਕਹਿੰਦੀਆਂ, ਅਸੀਂ ਸ਼੍ਰੋਮਣੀ ਹੈ, ਮਨੁੱਖ ਸ਼੍ਰੋਮਣੀ ਨਹੀਂ ਹੈਗੀ ਜੇ, ਅਤੇ ਸਾਡੀ ਇਹਨਾਂ ਨੂੰ ਸਾਡੀ ਪੂਜਾ ਕਰਨੀ ਚਾਹੀਦੀ ਹੈ। ਫਿਰ ਇਹਦੀਆਂ ਅਸੀਂ 84 ਲੱਖ ਜੂਨਾਂ ਹੈਗੀਆਂ, ਅਤੇ ਇਹ ਮਨੁੱਖ ਦੇ ਹੀ ਹੈਗੀ ਆ, ਇਹ ਮਨੁੱਖ ਜਿੰਦੇ ਘਰ ਵਾਸਤੇ ਲਾਉਂਦਾ ਘਰਾਂ ਨੂੰ, 84 ਲੱਖ ਜੂਨਾਂ ਵਾਸਤੇ ਲਾਉਂਦਾ, ਅਤੇ ਉਹ ਚੋਰੀ ਕਰਦੇ ਆ। ਇਹ ਮਨੁੱਖ ਹੀ ਚੋਰ ਆ ਵਿੱਚੋਂ, ਇਹੋ ਡਾਕੂ, ਇਹ ਤਾਂ ਅਕਿਰ ਤਕਾਣਾ ਹੈ। ਜਿਸ ਪਰਮਾਤਮਾ ਨੇ ਇਹਨਾਂ ਨੂੰ ਬਣਾਇਆ ਪੈਦਾ ਕੀਤਾ, ਉਹਨੂੰ ਮੰਨਦੇ ਹੀ ਨਹੀਂ ਆ ਜਿਹੜਾ, ਤਾਂ ਕਿਹੜਾ ਤਕਾਣਾ। ਸਾਡੀਆਂ ਹੱਡੀਆਂ ਅਤੇ ਸਾਡਾ ਚਮ ਕੰਮ ਨਹੀਂ ਆਉਂਦਾ, ਖੰਡ ਕਿੱਥੋਂ ਬਣਦੀ? ਪਸ਼ੂਆਂ ਦੀਆਂ ਹੱਡੀਆਂ ਪੈਂਦੀਆਂ, ਚਮ ਜੁੱਤੀਆਂ ਬਣਦੀਆਂ। ਇਹਨਾਂ ਦੀਆਂ ਹੱਡੀਆਂ ਖਾਓ, ਆਦਮੀ ਮਰ, ਆਦਮੀ ਦੀ ਹੱਡੀ ਨਹੀਂ ਪਚਦੀ, ਉਸੇ ਵੇਲੇ ਮਰ ਜਾਏਗਾ। ਮੈਨੂੰ ਮਸਾਨ ਦੀ ਹੱਡੀ ਕਹਿੰਦੇ, ਕਿਸੇ ਨੂੰ ਖਵਾ ਜਾਓ ਮਰ ਜਾਏਗਾ ਬੰਦਾ। ਇਹ ਕਿੱਦਾਂ ਦਾ ਇਨਸਾਨ ਆਇਆ? ਮਾਸ ਵੀ ਹੈ ਕਿਸੇ ਕੰਮ ਨਹੀਂ, ਇਹਦਾ ਮਾਸ ਨਹੀਂ ਕੋਈ ਜਾਨਵਰ ਵੀ ਖਾਂਦਾ, ਪਸ਼ੂਆਂ ਦੇ ਸਾਰੇ ਮਾਸ ਖਾ ਲੈਂਦੇ ਆ, ਵੇਚ ਦਿੰਦੇ ਆ। ਇਹ ਬੰਦਾ ਮਨੁੱਖਾ ਜਿਹੜਾ, ਮਨੁੱਖ ਜਿਹੜਾ ਹੈਗੇ ਆ, ਇਹਨਾਂ ਨੂੰ ਸਾਡੀ ਪੂਜਾ ਕਰਨੀ ਚਾਹੀਦੀ ਹੈ ਅਤੇ ਉਪਮਾ ਕਰਨੀ ਚਾਹੀਦੀ ਹੈ। ਇਹ ਬੜੇ ਨੇ, ਅਸੀਂ ਅਸੀਂ 84 ਲੱਖ ਜੂਨਾਂ ਕਹਿੰਦੇ, ਅਸੀਂ ਬਾਕੀਆਂ ਹੈਗੀਆਂ। ਫਿਰ ਅਸੀਂ ਜਿਹੜਾ ਦੂਜੇ ਦੇਸ਼ ਵਿੱਚ ਜਾਣਾ ਹੋਵੇ, ਇਹ ਬੰਦਾ ਜਾ ਸਕਦਾ, ਪਾਸਪੋਰਟ ਲਿਆਓ। ਗੁਰਿੰਦੇ ਕਹਿੰਦੇ, ਸਾਨੂੰ ਕੌਣ ਰੋਕਦਾ, ਸਾਡੇ ਵੀ ਪਾਸਪੋਰਟ ਮੰਗਦੇ, ਇਹਨਾਂ ਦਾ ਜਿੱਕੇ ਹੀ ਨਹੀਂ ਬਣੇ, ਇਹਨਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ। ਅਸੀਂ 84 ਲੱਖ ਜੋੜਨੇ, ਸਾਡੀ ਪੂਜਾ ਕਰਨੀ ਚਾਹੀਦੀ ਹੈ। ਫਿਰ ਇਹ ਰੁਪਈਆ ਪੈਸੇ 'ਚ ਕਿੰਨਾ ਮੋਹ ਰੱਖਦੇ, ਸੋਨੇ ਚਾਂਦੀ 'ਚ ਕਿੰਨਾ ਮੋਹ ਰੱਖਦੇ, ਅਸੀਂ ਬਿਠ ਕਰਕੇ ਚਲੇ ਜਾਂਦੇ, ਸਾਨੂੰ ਇਹਦੀ ਇੱਛਾ ਕੋਈ ਨਹੀਂ, ਭਾਵੇਂ ਲੱਖਾਂ ਹੀ ਪਏ ਹੋਣ। ਇਹ ਤਾਂ ਨਿਕੰਮੇ ਆਦਮੀ ਹੈ, ਕਿੰਨਾ ਇਹਨਾਂ ਦਾ ਮੋਹ ਹੈ ਰੁਪਈਆਂ 'ਚ, ਰੁਪਈਆਂ ਵਾਸਤੇ ਕੰਮ ਕਰਦੇ ਆ, ਜਮ੍ਹਾਂ ਕਰਦੇ ਆ। ਅਸੀਂ ਤਾਂ ਕੰਮ ਕੋਈ ਨਹੀਂ ਕਰਦੇ, ਰੱਬ ਦੇ ਆਸਰੇ ਆ, ਚੌਗਾ ਚੌਗਾ ਚੁੱਕ ਕੇ ਪੱਤੇ ਪਾਣੀ ਪੀ ਕੇ ਆਪਾਂ ਨਵਾ ਲੈਂਦੇ ਆ, ਕਿੰਨੇ ਪੱਕੇ ਪਾਉਂਦੇ ਆ, ਕਿੰਨੇ ਬੱਸ ਖਰੀਦਦੇ ਆ, ਕਿੰਨੇ ਪਲੰਗ ਆ ਸਾਡੇ ਪਾਸ, ਵੇਖੋ 84 ਲੱਖ ਜੋ ਸਾਡੇ ਪਾਸ ਕਿਹੜਾ ਹੈਗਾ। ਇਹ ਬਿਮਾਰ ਹੁੰਦੇ ਉਸੇ ਵੇਲੇ ਡਾਕਟਰ ਨੂੰ ਟੈਲੀਫੋਨ ਕਰਦੇ, ਸਾਡਾ ਕੋਈ ਡਾਕਟਰ ਆਏਗਾ? ਇਹ ਜਿਹੜੇ ਇਨਸਾਨ ਹੈ, ਇਹ ਪੁੱਤਰ ਬੜੇ ਵੀ ਹੋ ਜਾਂਦੇ ਆ, ਫਿਰ ਵੀ ਕਿੰਨਾ ਮੋਹ ਰੱਖਦੇ ਰੱਬ ਵਾਲੇ, ਬੁੱਢਾ ਹੋ ਜਾਂਦਾ ਫਿਰ ਵੀ ਪੁੱਤਾਂ 'ਚ ਮੋਹ ਰੱਖਦਾ ਹੈਗਾ, ਹਰਾ ਕਿ ਨਹੀਂ ਰੱਖਦਾ। ਐਸੇ ਹੀ ਹੈ, ਮਈਆਂ ਗਾਈਆਂ ਪਿਛਲੇ ਜਨਮ ਦੇ ਕੱਟੂ ਨੂੰ ਬੱਚੇ ਨੂੰ ਦੋ ਦਿਨ ਚੁਕਾਉਂਦੇ, ਨਹੀਂ ਚੁਕਾਏ ਗਏ। ਅਸੀਂ ਪਰਿੰਦੇ ਹੈਗੇ, ਪਾਲਣਾ ਕਰਦੇ ਹਾਂ, ਜਾਂ ਪਲ ਲੱਗ ਜਾਂਦੇ ਆ ਤਾਂ ਉਸ ਪਰਿੰਦੇ ਨੂੰ ਅਸੀਂ ਨਹੀਂ ਪੁੱਛਦੇ ਕਿੱਥੇ ਗਿਆ ਕਿੱਥੇ ਗਿਆ, ਉਹਨਾਂ ਨੂੰ ਕੋਈ ਨਹੀਂ ਬਾਤ ਪੁੱਛਦਾ ਹੈਗਾ। ਕੋਈ ਬਾਤ ਹੈ, ਇਹ ਸਦਾ ਹੀ ਮੋਹ ਛੱਡਦੇ ਹੀ ਨਹੀਂ ਹੈਗੇ। ਇਹ ਆਦਮੀ ਜਿਹੜਾ ਹੈਗਾ,
ਇਹ ਵੱਡਾ ਨਹੀਂ ਹੈਗਾ, ਅਸੀਂ ਬੜੀਆਂ ਹੈਗੀਆਂ, ਇਹ ਮਨੁੱਖਾਂ ਦੇ ਇਹਨੂੰ ਸਾਡੀ ਪੂਜਾ ਕਰਨੀ ਚਾਹੀਦੀ ਹੈ, ਹੁਕਮਾਂ ਕਰਨੀ ਚਾਹੀਦੀ, ਸਾਡੇ ਅਧੀਨ ਰਹਿਣਾ ਚਾਹੀਦਾ ਹੈਗਾ, ਹਮੇਸ਼ਾ ਅਧੀਨ ਰਹਿ ਅਤੇ ਇਸ ਕਾਰਨ ਸੇ ਉਪਮਾ ਕਰਦੀਆਂ, ਉਪਮਾ ਚੌਥੀ ਲੱਖ ਜੁਨਾ ਕਰਦੀਆਂ। ਸੰਤ ਮਹਾਤਮਾ ਹੁਣ ਕਥਾ ਸੁਣਾਉਂਦੇ ਆ, ਮਨੁੱਖ ਉੱਚਾ ਹੈਗਾ ਭਾਈ, ਤੁਸੀਂ ਉੱਚਿਆ ਨਹੀਂ, ਮਨੁੱਖ ਉੱਚਾ ਹੈਗਾ। ਕਿਉਂ ਮਨੁੱਖ ਉੱਚਾ ਹੈਗਾ? ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਮਨੁੱਖ ਦੇ ਜੀ ਆਏ ਆ, ਸ਼੍ਰੀ ਗੁਰੂ ਅੰਗਦ ਦੇਵ ਜੀ ਆਏ ਆ, ਸ਼੍ਰੀ ਗੁਰੂ ਅਮਰਦਾਸ ਜੀ ਆਏ ਆ, ਸ਼੍ਰੀ ਗੁਰੂ ਰਾਮਦਾਸ ਜੀ ਆਏ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਆਏ ਹੈ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੈ, ਸ਼੍ਰੀ ਗੁਰੂ ਹਰਿਰਾਏ ਜੀ ਆਏ ਹੈ, ਅੱਠਵੇਂ ਮਹਾਰਾਜ ਆਏ, ਨੌਵੇਂ ਆਏ, ਦਸਵੇਂ ਮਹਾਰਾਜ ਇਸ ਦੇਹ 'ਚ ਆਏ ਹੈਗੇ ਹੈ, ਕ੍ਰਿਸ਼ਨ ਭਗਵਾਨ ਆਏ, ਸ਼੍ਰੀ ਰਾਮ ਚੰਦਰ ਆਏ, 24 ਅਵਤਾਰ ਹੋਏ, ਭਗਤ ਲਿਖੀ ਬੁੱਧੀ ਕਬੀਰ ਨਾਮ ਦੇ ਲੱਖਾਂ ਹੀ ਆਏ ਹੈ ਇਸ ਦੇਹ ਵਿੱਚ, ਸਾਡੀ ਬਹੁਤ ਹੈਗੀ ਹੈ, ਅਸੀਂ ਵੱਡੇ ਆਏ ਹਾਂ, ਸਾਡੀ ਪੂਜਾ ਹੋਣੀ ਚਾਹੀਦੀ ਹੈ। 84 ਲੱਖ ਜੁਨਾ ਕਹਿੰਦੀ ਹੈ ਸਾਡੀ ਪੂਜਾ ਹੋਣੀ ਚਾਹੀਦੀ ਹੈ, ਅਤੇ ਸੰਤ ਮਹਾਤਮਾ ਕਹਿੰਦੇ ਅਸੀਂ ਮਨੁੱਖਾਂ ਮਨੁੱਖ ਦੀ ਪੂਜਾ ਹੋਣੀ ਚਾਹੀਦੀ ਆ, ਇਹ ਵੱਡੇ ਆ, ਫੈਸਲਾ ਕੌਣ ਕਰੇ? ਹੁਣ ਕਿਹਾ ਹਰਿਦੁਆਰ ਦੇ ਵਿੱਚ ਬ੍ਰਹਮ ਕੁੰਡ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜਾ, ਉਹ ਕਲਯੁਗ ਦੇ ਵੱਡੇ ਅਵਤਾਰ ਹੈ, ਜੋ ਫੈਸਲਾ ਕਰਦੇ ਸਾਨੂੰ ਮਨਜ਼ੂਰ ਹੈ ਬਾਬਾ। ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਸੀ ਉੱਥੇ ਆਏ, ਫੈਸਲਾ ਕਰੋ, ਉਹ ਸਾਨੂੰ ਦੋਵਾਂ ਨੂੰ ਮਨਜ਼ੂਰ ਹੈ। ਸਾਨੂੰ ਪਤਾ ਵੀ ਤੁਸੀਂ ਨਿਆਂ ਹੀ ਕਰਨਾ ਹੈ, ਕੌਣ ਸਾਡੇ 'ਚ ਵੱਡਾ ਹੈ, ਆਪਣੀਆਂ ਆਪਣੀਆਂ ਸਿਫਤਾਂ ਫਿਰ ਕਰਨ ਲੱਗੇ। ਮਹਾਰਾਜ ਕਹਿਣ ਲੱਗੇ ਤੁਸੀਂ ਦੋਨੋਂ ਵੱਡੇ ਨਹੀਂ, ਦੋਨੋਂ ਝੂਠੇ ਹੈ, ਅੱਜ ਤੁਹਾਡਾ ਫੈਸਲਾ ਕਰ, ਤੁਸੀਂ ਦੋਨੋਂ ਝੂਠੇ ਹੈ, ਫੈਸਲਾ ਕਰੋ ਕੌਣ ਵੱਡਾ। ਮਾਇਆ ਵਡਿਆਈ ਸੋਈ ਵੱਡਾ ਜਿਹਾ ਸਾਨੂੰ ਲੱਗਦਾ ਹੈ, ਜਿਸ ਤਰ੍ਹਾਂ ਉਹਦੇ 'ਚ ਪਰਮਾਤਮਾ ਦਾ ਨਾਮ ਉਹ ਵੱਡਾ ਹੈਗਾ, ਭਾਵੇਂ 84 ਲੱਖ ਜੁੜਦਾ ਹੋਵੇ, ਭਾਵੇਂ ਮਨੁੱਖ ਹੋਵੇ, ਭਾਵੇਂ ਕੋਈ ਦੇਵਤਾ ਹੋਵੇ, ਕੋਈ ਹੋਵੇ, ਜਿਸ ਕੇ ਮਨ ਕੇ ਵਿੱਚ ਮੈਂ ਪਰਮਾਤਮਾ ਕਾ ਨਾਮ ਉਹ ਬੜਾ ਹੈ। ਕੌਣ ਵੱਡਾ? ਮਾਇਆ ਵਡਿਆਈ ਸੋਈ ਵੱਡਾ ਜਨ ਆਰਾਮ ਲਾਏ। ਜੇ ਜੋ ਵਿਚਾਰੇ ਆਜਾ ਹੋਰ ਦੁਸ਼ਮਣੀ ਹੋਏ, ਨਵਾਂ ਕੰਡਾ ਵੀ ਜਾਣੇ ਨਾਲ ਚਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਚੌਂ ਯੁਗਾਂ ਦੀ ਉਮਰ ਹੋ ਗਈ, 10 ਯੁਗਾਂ 44 ਯੁਗਾਂ ਦੀ ਉਮਰ ਹੋ ਗਈ, ਚੰਗਾ ਨਾਂ ਹੋ ਗਿਆ, ਸਭ ਕੁਛ ਹੋ ਗਿਆ, ਜੇ ਪਰਮਾਤਮਾ ਦਾ ਨਾਮ ਨਹੀਂ ਤਾਂ ਉਹ 84 ਲੱਖ ਜੁਰਨਾ ਦਾ ਕਰਮ ਹੈ। ਕੀਟਾਂ ਦੇ ਅੰਦਰ ਕੀਟ ਕਰ ਦੋ ਸੀ ਦੋਸਤ ਨੇ, ਜਿਹੜੇ ਸੱਪ ਸੱਪਰੀਆਂ ਇਹਨਾਂ ਦੇ ਪੇਟ ਵਿੱਚ ਜਾਵੇਗਾ। ਉਮਰਾਂ ਦਾ ਮਹਾਰਾਜ ਦੇ ਨਾਮ ਦੀ ਵਿਆਜ ਹੋਏ, ਜਿੱਥੇ ਪਰਮਾਤਮਾ ਦਾ ਨਾਮ ਹੈ ਉਹ ਵੱਡਾ ਹੈਗਾ। ਸੁੰਦਰ ਸੇਜ ਜਾਂ ਨੇਕ ਸੁਖ ਰਸ ਭੋਗਨ ਪੂਰੇ, ਗ੍ਰਹਿ ਸੋਹਣ ਚੰਦਰ ਸੁਗਣ ਦਾ ਮੋਤੀ ਹੀਰੇ, ਮਨ ਵਿੱਚ ਸੁਖ ਮਾਨ ਦਾ ਕੁਛ ਨਹੀਂ, ਸੋਪੜਾ ਚੇਤਨਾ ਹੋਵੇ ਬਿਸ਼ਟਾ ਕੇ ਕੀਰੇ। ਇਹਨਾਂ ਸਹਿਜਾਂ ਨੂੰ ਕੀ ਕਰਨਾ ਹੈ? ਇਹਨਾਂ ਸੁੱਖਾਂ ਨੂੰ ਖਾਣੇ ਪੀਣੇ ਨੂੰ ਕੀ ਕਰਨਾ ਹੈ? ਰਸਾਂ ਨੂੰ ਕੀ ਕਰਨਾ ਹੈ? ਘਰ ਸੋਨੇ ਦਾ ਹੋਵੇ ਕੀ ਕਰਾਂਗੇ ਅਸੀਂ? ਜੇ ਪਰਮਾਤਮਾ ਨਾ ਅੰਦਰ ਹੋਇਆ ਬਿਸ਼ਟਾ ਕੇ ਬਾਣੀ ਰੱਖਦੇ, ਝੂਠੋ ਹਟੇ ਬਿਸ਼ਟਾ ਦਾ ਕਰਨ ਸਭ ਗਮਾਂ ਚਲਾ ਗਿਆ। ਦੂਸਰੇ ਪਾਸੇ ਬਸੋਂ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰ ਬਿਆਨ ਪਰ ਬਿੰਨਾ, ਨਿੱਤ ਨਾ ਇੱਕ ਤੰਗ ਰੂਪ ਸਾਕ ਨਾ ਸੰਨਾ,
राजे सगले सिफका नाम पे कोई जंगल के बीच में संत महात्म रहते हैं, बीमार है, दुखी है, बस कोई नहीं आ रहा, अनपढ़ कोई नहीं है, कोई मदद की नहीं, कोई जाने वाला नहीं है यार, भूखे है, कोई मदद करने वाला नहीं आया। ये उन्होंने अंदर परमात्मा का नाम है, सारे प्रपंच का राजा है, किसकी वजह आई है यार भाई, कौन बड़ा माया वजह आई, सही वजह जन राम जब लाई, जिसके अंदर परमात्मा का नाम हो सबसे बड़ा है। नाम का क्यों बड़ा होना, अरे धरती है ये सारियों से बड़ी, क्यों सारी दुनिया ने चुक किया, धरती तो कहो बड़ा शेष नाग जिन्हें बल पा के ठहराया है, शेष नाग तो कौन बड़ा, शिव जी जिन्हें शेष नाग की माला गल च पाई हो, शिव जी तो कौन बड़ा, कैलाश जिते तूंगी से पाई हो, कैलाश से कौन बड़ा, रावण जिन्हें कैलाश ने तो शिव जी ने चुक लिया से, दोवे ने चुक लिया रावण ने, रावण बड़ा होया, रावण तो बड़ा कौन होया, बाली जो 6 महीने रावण ने धोती च टंग रखा, बाली से बड़ा कौन है, श्री रामचंद्र, एक तीर ने बाली को मार दिया, श्री रामचंद्र कौन बड़ा, तीर भी जिन जूठे बेल को आते, जिन्हें चरण तो आके उन्होंने प्यार थे पंपा साहब पवित्र कर दिता, श्री रामचंद्र के चरण पवित्र नहीं होया, पीलरी हिरदे की है राम, पीलरी के हिरदे परमात्मा का नाम है, परमात्मा के नाम करके बड़ी हुई है, होर पर दुनिया ने कहने चाहिए, उस अंदर परमात्मा का नाम है। मीरा हुई है, मीरा ने तुलसीदास ने चिट्ठी लिखी, की चिट्ठी लिखी, चिट्ठी है लिखी कहते मैनू मेरे मंजे ते आके सप रख जाते हैं, कहते शेर भुखा लिया के मेरे अंदर छड़ जाते हैं, कदे उपरों छत मेरे उत्ते डेग देंदे आ गए, कदे तलवारां मेरे आके मार दे नूं मार देना, तुलसीदास ने लिख दी, मैं अक गई हैं थक गई हैं मैं की करा। तुलसीदास ने कहा मीरा नूं जे तैनू संख्या खाने वास्ते बिक जाते बेशक मर जा, शेर बछाखा लवे छत बजा को डिग लगा तलवार मार दे, हाँ परमात्मा उन्होंने छत तेरी फतेह हो गई, फतेह हो कि नहीं मीरन दे, मीरन की फतेह हो गई है, वो भाई जित गए मीरन। फिर एक भगत है और कृष्ण भगवान की मूर्ति लेकर एक जगह खरताला लैके पैरों में घुंघरू पा के नचदा, सब को पला के नचदा है, वही स्त्री आई वो पास 1 महीने का बच्चा है, कह लगी आ बच्चा मैं तेरे पास रख जानी हूँ, परौने आया ये मैं भोजन नहीं पका देता, मैं भोजन पका के उन्होंने खुवा के आनी है, आ बच्चे वालों देखी उन्होंने पता ही नहीं कि रख गए कि नहीं रख गए, वो नचदा वो पैर रखता, हाँ पैर रखता बच्चा है निका जहा, ढिड से पैर रखता छाती से पैर रखता, मर गया फिर भी नचदा रहा, उपरों पता ही नहीं मर गया कि नहीं मर गया। फिर भी स्त्री आई है आ तू की किया
ਹੁਣ ਪਤਾ ਨਹੀਂ ਚੱਲ ਗਿਆ ਤੂੰ ਕੀ ਕੀਤਾ ਮਰ ਗਿਆ ਹੁਣ ਪਤਾ ਹੀ ਨਾ ਕੁਛ ਵੀ ਮਰ ਗਿਆ ਕਿ ਨਹੀਂ ਮਰ ਗਿਆ ਜਿਸ ਵੇਲੇ ਨਾਚ ਕੇ ਹਟਿਆ ਤਾਂ ਸੋਤੇ ਆਈਏ ਉਹ ਕਹਿੰਦੇ ਬੱਚੇ ਨੂੰ ਮਾਰ ਤੋਂ ਉੱਪਰ ਲੱਤਾਂ ਲਾ ਕੇ ਮਰ ਗਿਆ ਕਿੱਥੇ ਮਰ ਗਿਆ ਉਹਨੂੰ ਚੁੱਕਿਆ ਬਿਲਕੁਲ ਰਾਜੀ ਹੋ ਗਿਆ ਬਾਬਾ ਯਾਰ ਦਾ ਪਰਮਾਤਮਾ ਦਾ ਨਾਮ ਬਿਲਕੁਲ ਰਾਜੀ ਹੋ ਗਿਆ ਚੁਸਤ ਹੋ ਗਿਆ ਹੁਕਮ ਦਾਦਾ ਨਾਲ ਲੱਗਦੀ ਹੈ ਦੁਸ਼ਮਤਾ ਹੀ ਕਰਦੀ ਹੈ ਇਹਨੂੰ ਕ੍ਰਿਸ਼ਨ ਭਗਵਾਨ ਬਹੁਤ ਮੰਨਦਾ ਹੈ ਹੁਕਮ ਨਾ ਕੇ ਕੀਤਾ ਬਹੁਤ ਗਰਮ ਦੁੱਧ ਗਰਮ ਪੱਤਾ ਕਰ ਲਿਆ ਬਹੁਤ ਗਰਮ ਚਾਹ ਤੇ ਜ਼ਿਆਦਾ ਗਰਮ ਕਰ ਲਿਆ ਆ ਕੇ ਰਾਧਾ ਨੂੰ ਕਹਿਣ ਲੱਗੀ ਮੈਂ ਹੁਣੇ ਹੀ ਲਿਆਇਆ ਕ੍ਰਿਸ਼ਨ ਭਗਵਾਨ ਦਾ ਭੋਗ ਲੱਗਾ ਹੁਣੇ ਖਾ ਪੀ ਲਿਆ ਉਹਦਾ ਪ੍ਰੇਮ ਸਾ ਪੀ ਗਈ ਉਸ ਵੇਲੇ ਕ੍ਰਿਸ਼ਨ ਭਗਵਾਨ ਆਏ ਦੋਨੋਂ ਪੈਰਾਂ 'ਤੇ ਛਾਲੇ ਬੜੇ ਬੜੇ ਪੈਰ ਸੁੱਜੇ ਪਾਏ ਉਸ ਕੋਲ ਕਹਿਣ ਲੱਗੀ ਇਹ ਛਾਲੇ ਤੁਹਾਡੇ ਕਿੱਦਾਂ ਪੈ ਗਿਆ ਤੂੰ ਗਰਮ ਗਰਮ ਦੁੱਧ ਪਿਆ ਰਾਧਾ ਨੂੰ ਉਹਦੇ ਹਿਰਦੇ 'ਚ ਮੇਰਾ ਚਰਨ ਹੈ ਜਿਹਦੇ ਹਿਰਦੇ 'ਚ ਮੇਰਾ ਚਰਨ ਹੈ ਮੇਰਾ ਉਹਦਾ ਕੋਈ ਸੰਸਾਰ ਦੇ ਵਿੱਚ ਨਾ ਫਰਕ ਨਹੀਂ ਆਏਗਾ ਮੇਰੇ ਹਿਰਦੇ 'ਚ ਮੇਰੇ ਚਰਨ ਆ ਗਿਆ ਇੰਨਾ ਪ੍ਰੇਮ ਇੰਨਾ ਪ੍ਰੇਮ ਰੱਖਿਆ ਫਿਰ ਇੱਕ ਭਗਤ ਆਏਗਾ ਉਹ ਭਗਤ ਦੱਸੋ ਨਾਇਣ ਦੀ ਕਿਰਤ ਕਰਦਾ ਪਾਪ ਨਹੀਂ ਕਰਦਾ ਅਪਰਾਧ ਨਹੀਂ ਕਰਦਾ ਖੋਟਾ ਕਰਮ ਨਹੀਂ ਕਰਦਾ ਕੋਈ ਇਸਤਰੀ ਹੈ ਦੋ ਕੰਨਿਆ ਹੈ ਤਿੰਨ ਪੁੱਤਰ ਹੈ ਅਤੇ ਬਾਹਰ ਸੰਤਾਂ ਦਾ ਗੇੜਾ ਹੈਗਾ ਕੋਈ ਸੰਤ ਮਹਾਤਮਾ ਆ ਜਾ ਫਿਰ ਘਰ ਨਹੀਂ ਆਉਂਦਾ ਉੱਥੇ ਰਹਿੰਦਾ ਹੈਗਾ ਉਹਨਾਂ ਦੀ ਸੇਵਾ ਕਰਦਾ ਰਹਿੰਦਾ ਕਥਾ ਬਾਤ ਤਾਂ ਸੁਣਦਾ ਰਹਿੰਦਾ ਉਹਦਾ ਬੜਾ ਪ੍ਰੇਮ ਹੈ ਸੰਤ ਬਹੁਤ ਜ਼ਿਆਦਾ ਪ੍ਰੇਮ ਹੈ ਬਾਬਾ ਜੀ ਇੱਕ ਵਾਰ ਸੰਤਾਂ ਦੀ ਮੰਡਲੀ ਆ ਗਈ ਘਰ ਗਿਆ ਹੀ ਨਾ ਉੱਥੇ ਹੀ ਰਹੇ ਰਾਤ ਦਾ ਕੁਝ ਦਿਨ ਬੀਤੇ ਪਤਾ ਨਹੀਂ ਉਹਨਾਂ ਦੇ ਘਰ ਨੂੰ ਕਿੱਦਾਂ ਅੱਗ ਲੱਗ ਗਈ ਜਦ ਲਖਤ ਅੱਗ ਲੱਗ ਗਈ ਅਤੇ ਦੋ ਬੱਚੇ ਜਲ ਗਏ ਇੱਕ ਕੰਨਿਆ ਜਲ ਗਏ ਅੱਗ ਨਾਲ ਇਸਤਰੀ ਅਤੇ ਇੱਕ ਬੱਚਾ ਅਤੇ ਕੰਨਿਆ ਹਸਪਤਾਲ ਪੈ ਰਹੇ ਉਹਨਾਂ ਦੀ ਮਰਨੇ ਦੀ ਬਚਣੇ ਦੀ ਕੋਈ ਮੈਰ ਨਹੀਂ ਮਰਨੇ ਦੀ ਮੈਰ ਮਰ ਜਾਣਾ ਉੱਥੇ ਸੰਤ ਮਹਾਤਮਾ ਦੀ ਸੇਵਾ ਕਰਦਾ ਕਿਸੇ ਗੁਆਂਢੀ ਨੇ ਆ ਕੇ ਦੱਸਿਆ ਤੂੰ ਇੱਥੇ ਬੈਠਾ ਘਰ ਦਾ ਹਾਲ ਜਾ ਕੇ ਵੇਖਿਆ ਹਾਲ ਤਾਂ ਵੇਖ ਹੁਣ ਵੇਖਿਆ ਬੱਚਾ ਜਲ ਗਿਆ ਕੰਨਿਆ ਜਲ ਗਈ ਇੱਕ ਹਸਪਤਾਲ ਇਸੇ ਦੀ ਬੱਚਾ ਹੈਗੇ ਕੰਨਿਆ ਉਹਨਾਂ ਦੀ ਬਚਣ ਦੀ ਕੋਈ ਮੈਰ ਨਹੀਂ ਹੈਗੀ ਹੁਣ ਜਿਹੜਾ ਕੁਛ ਸੋਚੀ ਪੈ ਗਿਆ ਸੋਚੀ ਸੋਚ ਸੋਚ ਕੇ ਆਪਣੇ ਮਨ ਦੀ ਬਿਰਤੀ ਵੇਖੀ ਹੈ ਮੈਨੂੰ ਹਰ ਖਚੋਤਾ ਨਹੀਂ ਪੈਦਾ ਹੋਇਆ ਆਪਣਾ ਬਗਾਨਾ ਤਾਂ ਨਹੀਂ ਪ੍ਰੀਤ ਹੋਇਆ ਮੇਰੀ ਬਿਰਤੀ ਠੀਕ ਹੈ ਪਰਮਾਤਮਾ 'ਚ ਆ ਗਿਆ ਸਮ ਹੈਗੀ ਆ ਉਹਦੀ ਬਿਰਤੀ ਸਮ ਹੈਗੀ ਆ ਉਹ ਪੈਰਾਂ ਨੂੰ ਘੁੰਗਰੂ ਪਾ ਕੇ ਨੱਚਣ ਲੱਗ ਗਿਆ ਐਸਾ ਸਮਾਂ ਮੈਂ ਉਹਨੇ ਤੋਂ ਨਿਕਲ ਆਵੇ ਖੁਸ਼ੀਆਂ ਬਣਾਵੇ ਲੋਕ ਕਹਿੰਦੇ ਅੱਜ ਅਜੀਬ ਆਦਮੀ ਹੈ ਕਹਿੰਦਾ ਤੁਸੀਂ ਵੀ ਨੱਚੋ ਮਠਿਆਈਆਂ ਪਕਾਓ ਮਾਲ ਪੂਜਾ ਪਕਾਓ ਖਾਓ ਐਸਾ ਸਮਾਂ ਮੈਂ ਉਹਨੇ ਤੋਂ ਨਿਕਲ ਆਵੇ ਬੜਾ ਖੁਸ਼ੀ ਹੁੰਦਾ ਲੋਕ ਕਹਿੰਦੇ ਸੁਰਾਈ ਹੋ ਗਿਆ ਇਹ ਕੀ ਕਰਦਾ ਹੈ ਉਹ ਗਾਉਂਦਾ ਰਿਹਾ ਇਕੱਲਾ ਹੀ ਖੁਸ਼ੀਆਂ ਮਨਾਉਂਦਾ ਰਿਹਾ ਫਿਰ ਪਰਮਾਤਮਾ ਨੇ ਉਹਦੇ 'ਤੇ ਕਿਰਪਾ ਕੀਤੀ
ਉਹਦੀ ਇਸਤਰੀ ਦੇ ਪੁੱਤਰ ਕਹਿੰਦਾ ਰਾਜੀ ਹੋ ਕੇ ਆ ਗਿਆ, ਫਿਰ ਹੋਰ ਵੀ ਪੁੱਤਰ ਹੋ ਗਿਆ, ਮਕਾਨ ਵੀ ਬਣ ਗਿਆ, ਬਾਗ ਬਗੀਚੇ ਵੀ ਬਣ ਗਿਆ, ਨੌਕਰ ਵੀ ਰਹਿਣ ਲੱਗੇ, ਸਭ ਕੁਝ ਮਿਲ ਗਿਆ। ਫਿਰ ਇੱਕ ਦਿਨ ਉਹਦੀ ਬਿਰਤੀ ਪਰਮਾਤਮਾ ਵਿੱਚ ਨਾ ਲੱਗੀ ਜਾ ਰਹੀ, ਪਰਮਾਤਮਾ 'ਚ ਬਿਰਤੀ ਨਾ ਲੱਗੀ ਜਾ ਰਹੀ। ਫਿਰ ਰੋਣ ਲੱਗ ਗਿਆ, ਕੰਨਾ ਮਾਰੇ ਮੈਂ ਮਰ ਗਿਆ, ਮੇਰਾ ਕੁਝ ਨਹੀਂ ਰਿਹਾ। ਲੋਕ ਕਹਿੰਦੇ ਚੰਗਾ ਆਦਮੀ ਹੈ, ਹੁਣ ਸਭ ਕੁਝ ਮਿਲਿਆ, ਕਹਿੰਦੇ ਮੈਂ ਮਰ ਗਿਆ। ਰੋਂਦਾ ਤੁਸੀਂ ਵੀ ਦੇਵੋ, ਮਾਈਆਂ ਕਹਿੰਦਾ ਤੁਸੀਂ ਵੀ ਦੇਵੋ, ਮੁੱਕਾ ਨਾ ਦਿਓ, ਮੇਰਾ ਸਭ ਕੁਝ ਨਸ਼ਟ ਹੋ ਗਿਆ। ਉਹ ਸਿਆਣੇ ਸਿਆਣੇ ਲੋਕ ਕਹਿੰਦੇ ਤੈਨੂੰ ਅਕਲੇ ਆਏ ਕੀ ਗੱਲ ਹੈਗੀ, ਕਹਿੰਦਾ ਬਾਹਰ ਸੰਤਾਂ ਨੂੰ ਜਾ ਕੇ ਪੁੱਛ ਲਓ ਮੇਰੇ ਦਿਲ ਦਾ ਹਾਲ, ਹੁਣ ਸਾਰਾ ਪਤਾ। ਉਹ ਸੰਤਾਂ ਨੂੰ ਪੁੱਛਣਗਾ, ਸੰਤ ਆ ਗਏ, ਸੰਤ ਮਹਾਤਮਾ ਕਹਿਣ ਲੱਗੇ ਮਨੁੱਖਾ ਦੇਹ ਕੇ ਵਿੱਚ ਮੈਂ ਇਹਨੂੰ ਪਰਮਾਤਮਾ ਚਾਹੀਦਾ ਵਾਪਰ, ਬਾਕੀ ਚੀਜ਼ਾਂ ਕਦੇ ਆ ਜਾਂਦੀਆਂ ਕਦੇ ਚਲ ਜਾਂਦੀਆਂ, ਕਦੇ ਆਉਂਦੀਆਂ ਕਦੇ ਚਲ ਜਾਂਦੀਆਂ, ਮਨੁੱਖਾ ਦੇਹ ਕੇ ਵਿੱਚ ਮੈਂ ਪਰਮਾਤਮਾ ਚਾਹੀਦਾ, ਬਾਕੀ ਚੀਜ਼ ਕੋਈ ਨਾਲ ਆਉਂਦੇ ਨਹੀਂ ਕੋਈ ਜਾਂਦੇ ਨਹੀਂ, ਉਹ ਤਾਂ ਸੁਪਨੇ ਮੰਗ ਵਿੱਚ ਉੱਠੀਆਂ ਹੈਗੀਆਂ, ਇਹਨੂੰ ਪਰਮਾਤਮਾ ਚਾਹੀਦਾ। ਪਹਿਲਾਂ ਇਸਨੇ ਆਪਣੀ ਬਿਰਤੀ ਵੇਖੀ ਜਾਂ ਘਰ ਨੂੰ ਅੱਗ ਲੱਗੀ ਸੀ, ਅਤੇ ਮੇਰੀ ਬਿਰਤੀ ਪਰਮਾਤਮਾ ਵੱਲ ਹੈ, ਇਹਨੂੰ ਖੁਸ਼ੀ ਮਨਾ ਰਹੀ, ਚੀਜ਼ਾਂ ਨੂੰ ਕੀ ਕਰਨਾ ਹੈਗਾ, ਬਿਰਤੀ ਠੀਕ ਹੈ, ਨੱਚਦਾ ਗਾਉਂਦਾ। ਅਤੇ ਹੁਣ ਪਤਾ ਨਹੀਂ ਅੰਨ ਮੈਲਾ ਖਾ ਹੋ ਗਿਆ, ਪਹਿਲਾਂ ਪਾਪ ਆ ਗਿਆ, ਸਭ ਕੁਝ ਹੀ ਹੈਗਾ ਵੀ, ਫਿਰ ਕਹਿੰਦਾ ਬਦਲਦਾ ਮਨ ਦੀ ਬਿਰਤੀ ਨਹੀਂ ਸੀ। ਇਹਨੂੰ ਮਨ ਦੀ ਬਿਰਤੀ ਠੀਕ ਚਾਹੀਦੀ ਹੈ, ਮਨ ਦੀ ਬਿਰਤੀ ਸਾਨੂੰ ਠੀਕ ਚਾਹੀਦੀ ਬਾਬਾ ਜੀ। ਖਾ ਕੁਝ ਵੀ ਸਬੱਬ ਕਿਉਂ ਨਾ ਹੋ, ਜੇ ਮਨ ਵਿੱਚ ਫਰਕ ਨਾ ਹੋਵੇ ਮੁਕਤ, ਉਹ ਮਨ ਮੁਕਤ ਹੋ ਜਾਏਗਾ, ਮਨ ਨੂੰ ਜੀਵਦਾ ਹੈਗਾ, ਇਹ ਮਨ ਸ਼ਕਤੀ, ਇਹ ਮਨ ਸੀ, ਇਹ ਮਨ ਪੰਥ, ਇਹ ਮਨ ਜੋ ਉਹਨਾਂ ਰਾਜ ਤੋਂ ਤਿੰਨ ਲੋਕ ਕੀ ਬਾਤ ਕਹੇ, ਇਹ ਮਨ ਜਿਹੜੇ ਪਰਮਾਤਮਾ ਦੇ ਵਿਸ਼ੇਸ਼ਣ ਵਿੱਚ ਆ ਜਾਣੇ ਉਹ ਜੀਵ ਮੁਕਤ ਹੋ ਜਾਂਦਾ। ਪਰਮਾਤਮਾ ਨੂੰ ਜਾਣਨੇ ਵਾਲਾ ਪਰਮਾਤਮਾ ਰੂਪ ਬਣ ਜਾਂਦਾ ਹੈ, ਬ੍ਰਹਮ ਵਿੱਚ ਬ੍ਰਹਮ ਹੀ ਪਰਤੀ ਸਾਖਤਾਤ ਹੋ ਜਾਂਦਾ ਹੈ। ਇੱਕ ਸੇਠ ਹੈਗਾ, ਗ੍ਰਹਿਸਥ ਹੈ, ਲੱਖਾਂ ਪਤੀ, ਬੜਾ ਧਨ ਉਹਦੇ ਪਾਸ, ਲੋਕ ਰੱਖੇ ਹੋਇਆ, ਲੇਕਿਨ ਉਹ ਪਰਮਾਤਮਾ ਨੂੰ ਹਰ ਵੇਲੇ ਚਿੰਤਨ ਕਰਦਾ ਹੈਗਾ, ਘਰ ਵੀ ਬਾਹਰ ਵੀ, ਉਹਦੇ ਪਰ ਬੜੇ ਸੰਤ ਮਹਾਤਮਾ ਜਾਂਦੇ, ਬਹੁਤ ਸੰਤ ਮਹਾਤਮਾ ਜਾਂਦੇ, ਨੌਕਰਾਂ ਨੂੰ ਹੱਟੀ 'ਤੇ ਰੱਖਦਾ, ਸੰਤਾਂ ਮਹਾਤਮਾ ਨਾਲ ਗੱਲਾਂ ਕਰਦਾ ਰਹਿੰਦਾ, ਉਹਨਾਂ ਦੀ ਸੇਵਾ ਕਰਦਾ ਰਹਿੰਦਾ, ਬਹੁਤ ਸੰਤ ਉਹਦੇ ਪਰ ਜਾਂਦੇ ਆ, ਬੜਾ ਸੰਤਾਂ ਦਾ ਮਿਲਦੀ ਆ। ਇੱਕ ਵਾਰ ਉਹ ਸੇਵ ਸੰਤਾਂ ਨਾਲ ਗੱਲਾਂ ਕਰਦਾ ਪਰਮਾਤਮਾ ਦੇ ਪਾਸੇ ਦੀਆਂ, ਮਾਂ ਦੇ ਪਾਸੇ ਦੀਆਂ ਗੱਲਾਂ ਕਰਦਾ ਆ, ਉਹਦੀ ਗੋਲੀ ਆਈ, ਸੇਠ ਜੀ ਤੇਰੀ ਇਸ ਦਾ 9 ਲੱਖ ਹਾਦਸਾ ਉਹ ਗੁੰਮ ਹੋ ਗਿਆ, ਪਤਾ ਨਹੀਂ ਕਿੱਥੇ ਚਲਾ ਗਿਆ। ਸੇਠ ਕਰਨ ਲੱਗ ਗੋਲੀ ਪਹਿਲਾਂ ਹੋਵੇ ਜਾ, ਫਿਰ ਸੰਤਾਂ ਨਾਲ ਲੱਗਿਆ ਗੱਲਾਂ ਕਰ, ਉੱਥੇ ਕੋਈ ਨਹੀਂ ਹਾਰਦਾ 9 ਲੱਖੇ ਦਾ, ਸੰਤਾਂ ਨਾਲ ਉਦਾਂ ਗੱਲਾਂ ਕਰਦਾ ਰਿਹਾ ਅੱਗੇ ਮੰਗਦੇ। 2 ਘੰਟੇ ਮਗਰੋਂ ਫਿਰ ਗੋਲੀ ਆਈ, ਸੇਠ ਜੀ ਹਾਰ 9 ਲੱਖ ਗੁਆਚਿਆ, ਦੂਸਰੇ ਕਮਰੇ 'ਚ ਮਿਲ ਗਿਆ। ਕਹਿੰਦੇ ਪਹਿਲਾਂ ਹੋਵੇ ਜਾ, ਪਹਿਲਾਂ ਹੋਇਆ ਮਿਲ ਗਿਆ ਜਾ। ਉਹ ਸੰਤ ਮਹਾਤਮਾ ਕਹਿਣ ਲੱਗੇ ਤੁਹਾਨੂੰ ਹਰਖ ਨਹੀਂ, ਸ਼ੋਕ ਨਹੀਂ, ਦੁੱਖ ਨਹੀਂ, ਸੁੱਖ ਨਹੀਂ, ਉੱਦਾਂ ਹੀ ਰਹੇ, ਕਿਆ ਬਾਤ ਹੈ, ਆਪ ਦੀ ਕਿਰਪਾ ਹੈ, ਆਪ ਦੀ ਕਿਰਪਾ ਹੈ ਜੀ ਮਹਾਰਾਜ, ਸਮਝ ਹੈ। ਟੂਟੇ ਤਾਗੇ ਨਖੁੱਟੀ ਪਾਣ, ਦੁਆਰੇ ਉੱਪਰ ਝਿਲਕਾਵੇ ਕਾਨ, ਕੁਚ ਵਿਚਾਰੇ ਭੂਆ ਪਾ ਲਿਆ, ਮੁੰਡੇ ਸਿਰ ਚੜਬੋ ਖਾ ਲਿਆ, ਮੁੰਡਿਆ ਸਗਲੇ ਦਰ ਕੋਈ, ਆਵਤ ਜਾਤ ਨਾਗ ਸਦਾਈ, ਤੁਰੀ ਨਾਦ ਕੀ ਛੋਟੀ ਵਾਤਾ। ਦੁਨੀਆਂ ਦੀਆਂ ਗੱਲਾਂ ਹੀ ਛੱਡੋ, ਮਾਇਆ ਦੀਆਂ ਗੱਲਾਂ ਛੱਡ ਦਿਓ, ਤੁਰੀ ਆ ਪਰਮਾਤਮਾ ਦੀ ਗੱਲ ਕਰੋ।
जैसे अक्सर तीर से परस के जो चार चेहरे कलदास दियो जैसे कोट बस्त उर्द मुखी बस संतर में तान दाई दियो जैसे लाख बड़े कुरुक्षेत्र में समेत जागो पंग दियो पुण्य अमृत नाम बसे कीर्त जिन्हें कुबार श्री वाहेगुरु क्या बोले किन्ना फल आ गया किन्ना फल होया इदा ही श्री गुरु नानक देव महाराज जी ने हरिद्वार के बच्चे में जेडे चौरासी लग जीवना सी तो मनुखा दे ही सी उन्होंने जो फैसला था फैसला करने वास्ते आए उन्होंने महाराज ने फैसला किया कौन वड्डा माया वड्याई सोई वड्डा जग नाम लिवलाए इस संसार के बीच में अमुल गुण अमुल पार मुल पारी ये सबसे उच्चा है मुक्त करता है जन्म मरण कटदा है संसार चो कटदा है लेकिन जूना दी महाराज कल्याण करते हैं मैं मूर्ख की केतक बात है कोट उपराधी तरिया दे गुरु नानक जन सुनिया पेख्या से फिर गर्भासना भरिया है किच कर जित में